ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅਤੇ ਅਸੀਂ ਵੀ ਠੀਕ ਠਾਕ ਹਾਂ। ਸਵਾਗਤ ਹੈ ਤੁਹਾਡਾ ਸਾਡੇ ਬਾਸੀ ਫੈਮਲੀ ਚੈਨਲ 'ਤੇ। ਅਤੇ ਸਭ ਤੋਂ ਪਹਿਲਾਂ ਜਿਹੜੇ ਸਾਡੇ ਚੈਨਲ 'ਤੇ ਨਵੇਂ ਨੇ, ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਲਾਈਕ, ਸ਼ੇਅਰ, ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ। ਅਤੇ ਚਲੋ ਜੀ, ਆਪਣੀ ਮੋਰਨਿੰਗ ਹੋ ਚੁੱਕੀ ਹੈ 5:30 ਦੀ, ਅਤੇ ਆਪਾਂ ਪਾਠ ਕਰਕੇ ਜਪੁਜੀ ਸਾਹਿਬ ਦਾ ਪਾਠ ਨਹਾ ਕੇ, ਸਭ ਤੋਂ ਪਹਿਲਾਂ ਨਹਾ ਕੇ ਜਪੁਜੀ ਸਾਹਿਬ ਦਾ ਪਾਠ ਕਰਕੇ ਅਤੇ ਫਿਰ ਰਸੋਈ 'ਚ ਦਮਨ ਦਾ ਟਿਫਨ ਟੁਫਨ ਬਣਾਉਣ ਵੜੇ ਸੀ। ਅਤੇ ਦਮਨ ਨੂੰ ਟਿਫਨ ਦੇ ਵਿੱਚ ਦਿੱਤੀ, ਕੱਲ੍ਹ ਪਨੀਰ ਬਣਾਇਆ ਸੀ ਦੁੱਧ ਦਾ, ਉਹਦੀ ਮੈਂ ਸਬਜ਼ੀ ਬਣਾਤੀ ਥੋੜ੍ਹੀ ਜਿਹੀ। ਅਤੇ ਹੁਣ ਟਾਈਮ ਹੋ ਗਿਆ ਜੀ 8:00 ਦਾ, ਅਤੇ ਸਿਮਰਨ ਵੀ ਆਪਣੀ ਕਲਾਸ ਲਈ ਰੈਡੀ ਹੋ ਗਈ ਹੈ, ਅਤੇ ਆਪਾਂ ਬਣਾਉਣ ਲੱਗੇ ਹਾਂ ਬ੍ਰੇਕਫਾਸਟ। ਚਾਹ ਆਪਾਂ ਨੇ ਪੀ ਲਈ, ਅਵਤਾਰ ਨੇ ਆਪਾਂ ਨੂੰ ਬਣਾਤੀ ਸੀ। ਅਤੇ ਆਹ ਦੇਖ ਲਓ ਮੇਰੀ ਕੁਰਸੀ ਵੀ ਆ ਪਈ ਹੈ, ਇੱਥੇ ਬੈਠੀ ਸੀ, ਇੱਕਦਮ ਹੀ ਧੁੱਪ ਆ ਗਈ ਅਤੇ ਮੈਂ ਬਹਿ ਕੇ ਵਲੋਗ ਹੀ ਸ਼ੁਰੂ ਕਰਨ ਲੱਗੀ ਸੀ। ਅਤੇ ਚਲੋ ਜੀ, ਬਣੇ ਰਹੋ ਵਲੋਗ ਦੇ ਵਿੱਚ। ਉਹਨੇ ਉਤਾਰ ਨੂੰ ਕੀ ਖਾਣਾ ਅੱਜ, ਕੀ ਖਾਣਾ ਟਿਫਨ 'ਚ ਅੱਜ, ਲਓ ਮਿਲੋ ਪਹਿਲਾਂ ਸਭ ਤੋਂ ਪਹਿਲਾਂ ਬਾਸੀ ਸਾਹਿਬ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸੋਚ ਰਹੀ ਸੀ ਕਿ ਤੁਹਾਡੇ ਲਈ ਕੀ ਬਣਾਵਾਂ, ਦਮਨ ਨੂੰ ਤਾਂ ਮੈਂ ਦੇ ਤਾ ਬਣਾ ਕੇ ਪਨੀਰ ਦੀ ਭੁਰਜੀ, ਅਤੇ ਤੁਹਾਡੀ ਤਾਂ ਪਨੀਰ ਭੁਰਜੀ ਬੰਦ ਨਾ, ਪਿੱਛੋਂ ਲੈਟ ਬਹੁਤ ਪੈ ਰਹੀ ਸੀ। ਤੁਸੀਂ ਮੇਰੇ ਵਾਸਤੇ ਬਣਾ ਲਓ ਸ਼ਾਹੀ ਪਨੀਰ। ਲਓ ਬਈ, ਆਪਾਂ ਨੂੰ ਆਰਡਰ ਆਇਆ ਸ਼ਾਹੀ ਪਨੀਰ ਦਾ, ਅਤੇ ਸ਼ਾਹੀ ਪਨੀਰ ਦਾ ਆਪਾਂ ਲੱਗਿਆ ਰੈਡੀ ਕਰਨ ਅਵਤਾਰ ਵਾਸਤੇ। ਅੱਜ ਬਾਸੀ ਫੈਮਲੀ ਦੇ ਘਰੇ ਬਣੇਗਾ ਸ਼ਾਹੀ ਪਨੀਰ। ਇਹ ਨਹੀਂ ਪਤਾ ਮੁੜ ਕੇ ਭਾਵੇਂ ਲੂਣ ਵਾਲੀਆਂ ਪਰੌਂਠੀਆਂ ਪਨੀਰ ਕਾਹਦਾ ਹੋਊਗਾ, ਕੱਦੂ ਦਾ ਪਨੀਰ ਕੱਦੂ ਦਾ ਹੀ ਹੋਣਾ। ਪਨੀਰ ਲਿਆਉਣਾ ਪੜਾ ਤੁਹਾਨੂੰ, ਪਨੀਰ ਲਿਆਓ ਤੇ ਆਪਾਂ ਸ਼ਾਹੀ ਪਨੀਰ ਤਿਆਰ ਕਰ ਦੇਣੇ, ਕਿੱਡੀ ਕੋਈ ਗੱਲ ਆ, ਤੁਹਾਡੇ ਵਾਸਤੇ ਜਾਣਾ ਹੋਇਆ ਯਾਰ। ਅੱਛਾ, ਤੁਹਾਡੇ ਵਾਸਤੇ ਜਾਣਾ, ਹੁਣ ਤਾਂ ਤੁਹਾਨੂੰ ਪੱਥਰੀ ਹੋਈ ਹੋਈ ਹੈ, ਹੁਣ ਤਾਂ ਆਪਾਂ ਤੁਹਾਡੇ ਅੰਗ ਸੰਗ ਆ, ਜੋ ਤੁਸੀਂ ਆਰਡਰ ਲਾਓਗੇ ਉਹੀ ਤਿਆਰ ਕਰਕੇ ਦੇਵਾਂਗੇ। ਤੁਸੀਂ ਹਰ ਵਲੌਗ 'ਚ ਦਾਲ ਚੌਲ ਹੀ ਕਹਿੰਦੇ, ਤੇ ਅਗਲੇ ਨੇ ਵੀ ਕਹਿਣਾ ਪਤਾ ਨਹੀਂ ਉਤਾਰ ਖਾਂਦੇ ਹੀ ਦਾਲ ਚੌਲ ਆ, ਜਿਹੜੇ ਰੋਜ਼ ਹੀ ਕਹਿ ਦਿੰਦੇ ਦਾਲ ਚੌਲ ਬਣਾ ਦੇ, ਦਾਲ ਚੌਲ ਬਣਾ ਦੇ। ਨਹੀਂ ਹਲਕਾ ਆਇਆ ਸੀ। ਅੱਛਾ ਸੱਚ, ਇੱਕ ਮਿੰਟ ਆਇਆ ਸੀ ਤੁਹਾਡੀ ਟੀ ਸ਼ਰਟਾਂ ਬਾਰੇ, ਕਿ ਸ਼ੁਕਰੇ ਭਾਜੀ ਨੇ ਟੀ ਸ਼ਰਟ ਚੇਂਜ ਕੀਤੀ, ਵਾਹਵਾ ਦਿਨ ਹੋ ਗਏ ਵਲੌਗ ਦੇ ਵਿੱਚ, ਅਤੇ ਟੀ ਸ਼ਰਟ ਰੋਜ਼ ਹੀ ਚੇਂਜ ਕਰਦੇ। ਗੱਲ ਕਰੋ, ਆਪਾਂ ਨੂੰ ਰੰਗ ਹੀ ਇੱਕ ਦੋ ਹੀ ਜੱਚਦਾ, ਅਤੇ ਬਸ ਇੱਕ ਦੋ ਰੰਗ ਦੀਆਂ ਖਾਸੀਆਂ ਟੀ ਸ਼ਰਟਾਂ ਨੇ, ਅਤੇ ਇਹਦੇ ਕਰਕੇ ਐਂ ਲੱਗਦਾ ਕਿ ਇੱਕੋ ਹੀ ਟੀ ਸ਼ਰਟ, ਇੱਕੋ ਹੀ ਟੀ ਸ਼ਰਟ ਪਾਈ ਹੈ। ਟੀ ਸ਼ਰਟਾਂ ਬਹੁਤ ਨੇ, ਪਰ ਰੰਗ ਬਲੂ, ਬਲੈਕ, ਬਰਾਊਨ, ਬਸ ਬਸ ਜ਼ਿਆਦਾ ਡਾਰਕ ਕਲਰ ਹੀ ਪਸੰਦ ਵਧੀਆ ਲੱਗਦੇ ਨੇ। ਰੰਗ ਬਾਲਾ ਸਾਫ ਇਹਨਾਂ ਦਾ, ਬਾਸੀ ਸਾਹਿਬ ਦਾ। ਮੈਂ ਹੁਣੇ ਕਮੈਂਟ ਰੀਡ ਕੀਤਾ, ਅਤੇ ਜਿਹੜਾ ਕੱਲ੍ਹ ਵਲੌਗ ਆਪਾਂ ਨੇ ਪਾਇਆ ਸੀ ਉਹਦੇ ਵਿੱਚ ਮੈਂ ਨਾ ਮਿਰਚਾਂ ਬੇਸਣ ਲਾ ਕੇ ਫਰਾਈ ਕੀਤੀਆਂ ਸੀ, ਅਤੇ ਉਹ ਪੁੱਛ ਰਹੇ ਸਨ ਕਿ ਤੁਸੀਂ ਇਹ ਮਿਰਚਾਂ ਕਾਹਦੇ ਨਾਲ ਖਾਂਦੇ ਹੋ। ਅਤੇ ਇਹ ਜਿਹੜੀਆਂ ਮਿਰਚਾਂ ਨੇ ਆਪਾਂ ਦਾਲ ਨਾਲ ਕਿਸੇ ਸਬਜ਼ੀ ਨਾਲ ਵੀ ਖਾ ਸਕਦੇ ਹਾਂ, ਇਹ ਕੌੜੀਆਂ ਨਹੀਂ ਹੁੰਦੀਆਂ, ਬੇਸਣ ਲਾ ਕੇ ਨਾ ਜਿਵੇਂ ਪਕੌੜੇ ਆਪਾਂ ਬਣਾਉਂਦੇ ਹਾਂ ਉਵੇਂ ਬਣ ਜਾਂਦੀਆਂ ਨੇ, ਅਤੇ ਵੈਸੇ ਵੀ ਵਧੀਆ ਲੱਗਦੀਆਂ, ਟੇਸਟੀ ਜ਼ਿਆਦਾ, ਵੈਸੇ ਦਾਲ ਨਹੀਂ ਟੇਸਟੀ ਲੱਗਦੀਆਂ, ਬਾਕੀ ਤੁਸੀਂ ਟਰਾਈ ਕਰ ਸਕਦੇ ਹੋ। ਇੱਧਰ ਸਿਮਰਨ ਚਲਾ ਗਿਆ, ਬਾਏ। ਲਓ ਜੀ, ਆਪਾਂ ਨੇ ਉਤਾਰ ਦਾ ਬ੍ਰੇਕਫਾਸਟ ਲੱਗਿਆ ਕਰਨ, ਉਤਾਰ ਦਾ ਤਿਆਰ, ਫੁਲਕੇ ਆਪਣੇ ਬਣ ਗਏ ਨੇ, ਅਤੇ ਸਬਜ਼ੀ ਆਪਣੀ ਰਾਤ ਦੀ ਪਈ ਸੀ ਉਹਦੇ ਨਾਲ ਹੀ ਸਰਜੇਗਾ, ਅਤੇ ਦੁਪਹਿਰ ਵਾਸਤੇ ਆਪਾਂ ਨੇ ਦੇ ਦਿੱਤੇ ਨੇ ਆਲੂਆਂ ਦੀ ਸਬਜ਼ੀ ਨਾਲ ਟਿਫਨ 'ਚ। ਮੈਂ ਫੁਲਕੇ ਨਾਲ ਹੀ ਮੈਂ ਆਪਣੇ ਫੁਲਕੇ ਬਣਾ ਕੇ ਰੱਖ ਲੈਂਦੇ ਹਾਂ, ਫਿਰ ਜਦੋਂ ਕੰਮ ਕਰਨ ਲੱਗ ਜਾਈਏ ਫਿਰ ਬ੍ਰੇਕਫਾਸਟ ਲੇਟ ਹੋ ਜਾਂਦਾ। ਮੈਂ ਹੁਣ ਉਤਾਰ ਕਰਨਗੇ, ਬ੍ਰੇਕਫਾਸਟ ਨਾਲ ਹੀ ਕਰ ਲਾਂਗੀ ਇਹਨਾਂ ਦੇ। ਬ੍ਰੇਕਫਾਸਟ ਕਰ ਲਿਆ ਆਪਾਂ ਨੇ, ਬ੍ਰੇਕਫਾਸਟ ਕਰਕੇ ਅਤੇ ਹੁਣ ਆਪਾਂ ਲੱਗੇ ਹਾਂ ਕਿਚਨ ਦੀ ਸਫਾਈ ਕਰਨ। ਇੱਧਰ ਮੈਂ ਸਾਬਣ ਨਾਲ ਚੰਗੀ ਤਰ੍ਹਾਂ ਨਾ ਸੈਲਫ ਪਹਿਲਾਂ ਸਾਫ਼ ਕਰ ਲੈਂਦੇ ਹਾਂ, ਜਿਵੇਂ ਘਿਓ ਘਿਓ ਜੰਮਿਆ ਹੁੰਦਾ। ਜਿਹੜਾ ਮੇਨ ਕੰਮ ਹੁੰਦਾ ਜੀ ਉਹ ਹੁੰਦਾ ਕਿਚਨ ਦਾ, ਕਿਚਨ ਸਾਫ਼ ਕਰਨਾ। ਕਿਚਨ ਸਾਫ਼ ਹੋ ਜਾਏ ਤਾਂ ਫਿਰ ਐਂ ਲੱਗਦਾ ਸਾਰਾ ਘਰ ਹੀ ਸਾਫ਼ ਹੋ ਗਿਆ। ਲਓ ਜੀ, ਆਪਣੀ ਕਿਚਨ ਹੋ ਗਈ ਹੈ ਸਾਫ਼, ਸਾਰੀ ਸਾਫ਼ ਹੋ ਗਈ ਕਿਚਨ, ਅਤੇ ਹੁਣ ਆਪਾਂ ਲਾ ਦਿੰਦੇ ਹਾਂ ਇਹਦੇ ਸਟੈਂਡ। ਕਿਚਨ ਕਰਤੀ ਸਾਫ਼ ਸਾਰੀ, ਅਤੇ ਹੁਣ ਆਪਣਾ ਕੰਮ ਰਹਿ ਗਿਆ ਸਿਰਫ ਪੋਚਿਆਂ ਦਾ। ਕਿਚਨ ਸਾਫ਼ ਹੋ ਗਈ ਫਿਰ ਸਾਰਾ ਕੰਮ ਕਰਨਾ ਹੁੰਦਾ। ਆਪਾਂ ਹੁਣ ਬਣਾ ਲਈ ਆਪਣੇ ਵਾਸਤੇ ਚਾਹ, ਸਵੇਰੇ ਜਿਹੜੀ ਮੈਂ ਚਾਹ ਪੀਤੀ ਸੀ 6:00 ਪੀਤੀ ਸੀ, ਹੁਣ ਰਾਤ ਐਂ ਹੋ ਗਿਆ ਬਹੁਤ ਪੀਵਾਂ। ਆਪਾਂ ਨੇ ਮਸ਼ੀਨ ਲਾਤੀ ਹੈ, ਅਤੇ ਮੈਂ ਕਿਹਾ ਕੱਪੜੇ ਹੁਣੇ ਧੋ ਲੈਣਾ, ਥੋੜ੍ਹਾ ਜਿਹਾ ਮੌਸਮ ਐਵੇਂ ਦਾ ਹੋਇਆ, ਫਿਰ ਸ਼ਾਮ ਨੂੰ ਫਿਰ ਸੁੱਕਦੇ ਨਹੀਂ। ਅਤੇ ਜਿਹੜੇ ਕੱਪੜੇ ਮੇਨ ਧੋਣ ਵਾਲੇ, ਪਤਾ ਕੀ ਬੈੱਡ ਸ਼ੀਟਾਂ ਜਿਹੜੀ ਅਸੀਂ ਰਾਤ ਨੂੰ ਏਸੀ ਥੱਲੇ ਉੱਤੇ ਲੈਂਦੇ ਹਾਂ ਉਹੀ ਨੇ, ਅਤੇ ਮੈਂ ਕਿਹਾ ਸਿਮਰਨ ਨੂੰ ਆ ਕੇ ਫਿਰ ਧੋਣੇ ਪੈਣਗੇ, ਅਤੇ ਮੈਂ ਮਸ਼ੀਨ ਲਾਤੀ, ਅਤੇ ਉੱਧਰ ਆਪਣੀ ਚਾਹ ਬਣ ਗਈ, ਚਾਹ ਪੀ ਕੇ ਫਿਰ ਕਰਦੇ ਹਾਂ। ਲਓ ਜੀ, ਚਾਹ ਵੀ ਆਪਣੀ ਬਣ ਗਈ, ਚਾਹ ਪੀਂਦੇ ਹਾਂ ਫਿਰ ਕੱਪੜੇ ਧੋਂਦੇ ਹਾਂ। ਸਾਡਾ ਟੀ ਵੀ ਖਰਾਬ ਸੀ, ਅੱਜ ਦੇਖਣ ਆਏ ਨੇ, ਕਿੰਨੇ ਦਿਨ ਹੋ ਗਏ ਸੀ ਰੋਜ਼। ਅਸੀਂ ਕਿ ਟੀ ਵੀ ਨਾ ਤੁਸੀਂ ਦੁਕਾਨ 'ਤੇ ਛੱਡ ਦਿਓ, ਅਸੀਂ ਉੱਥੇ ਠੀਕ ਕਰ ਦਾਂਗੇ, ਨਾ ਤਾਂ ਅਵਤਾਰ ਕੋਲ ਟਾਈਮ ਸੀ ਦੁਕਾਨ 'ਤੇ ਛੱਡਣ ਦਾ, ਅਤੇ ਫਿਰ ਅੱਜ ਚਲ ਘਰ ਹੀ ਆ ਗਈ। ਠੀਕ ਆ, ਹੁਣ ਦੇਖਦੇ ਹਾਂ ਕੀ ਕਹਿੰਦੇ ਆ ਉਹਦੇ, ਜਿਹੜੀ ਮਤਲਬ ਟੀ ਵੀ ਦੀ ਆਵਾਜ਼ ਨਹੀਂ ਹੁੰਦੀ, ਫੋਟੋ ਆਈ ਜਾਂਦੀ ਹੈ। ਖੋਲ ਤਾਂ ਸਾਰਾ
सारे खोलता है ना, खोलता सारा। गर्म चादर मशीन जोर ज्यादा बनने लग पी, मैं लगता ज्यादा पै गए कपड़े। पुठा चलाता टीवी, पुठा देखते हैं आवाज आती कि नहीं आती।6-700 नवे तो नवा खर्चा पै जाता, बैठे बिठाए पता नहीं, पता ही नहीं लगता है। 6-700 पर फिर भी तुम देखो चंगा भला चलता ही टीवी, पता नहीं की होया की नहीं, आवाज ही बंद हो गई है। बस नहीं करना होंगे खर्चा ता भी करना पै जाता है। चलो कोई ना, होंगे शाम तक बोर्ड लै गए टीवी का कट के देखो शाम तक ठीक होंगे कि नहीं होंगे। तो बाकी अपना मैं कमेंट हमने रीड किया बिंदर सिंह, तो कह रहे साडा तुम ना नहीं लेंदे है ना जी, यहोजी कोई गल नहीं कि ना असी सब दे लैने जिन्हें जिन्हें दे याद आ जाते हैं टाइम तो ना असी बोल दें। थैंक यू सो मच कमेंट करने लिए बिंदर सिंह जी। इधर मिस्टर मिसेस बासी पहुँच चुके हैं साढ़े दरम्यान, इधर चाह के शकीन चाह पी रहे हैं, इधर सेबा के शकीन सेब खाते जा रहे हैं। चौबी घंटे लैपटॉप ते बैठे रहंदे ने, आप वेले ठीक बदल बनिया। मैं अमन ने जाना मार्केट, काम हैगा सानू मार्केट च एक जरूरी, ओ भी जरूरी है कि जिहड़ी साडियां फुलकारियां सी ओह पुरानियां हो गईयां ते अहीं ना तीआं आ रहीयां ने, कई सोच रहे हैं कि चल नवीं फुलकारियां जो देख के आने जो वधिया मिल गई तो फिर आप लै आवेंगे। तो चलें असी फुलकारी देख, देखते हैं किन्नी कु वधिया मिलती है कि उही लैनिया पैनिया पुरानिया कि हैगियां ने, पर हुण लैण नूं दिल नहीं ना करता पुरानिया, ए हो गया पुरानिया हो गया दो तीन बारी लै लिया तो नवी लियाईए। तो चलो असी चलें सिमरन घर अस आए तो ठीक है। इधर सुनो, ये भी सोहनी लग रही, बहुत सोहनी लग रही है रहे। हाँ लई नहीं ना, पहले वो बाग लैके बह जाने आप, बस दोनों की अपनी ग्रेस है। एक घर तिने जानी है तो हूं ऐ नहीं पता तिने घरे जाके लड़ पैन पी ओके मैं लैनी है। रेड वाली हाँ तू यही ले लै, लेंथ भी हैगी तुहाडे अकॉर्डिंग, क्योंकि जिहड़ी तुसीं दूसरी लई ना वो छोटी थोड़ी बहुत ही वजनी सी मुक्कल जी बैक तो जिवें हाँ। बाकी घरे जाके तुहानूं दिखावांगे आराम नाल, फिलहाल आपां इत्थे चैक कर रहे हां भी किहड़ी किहड़ी लैणी। ये भी सोहणी लग्गे, तां मेरी है तां मैं तां किसे नूं देणी नहीं हैगी। ना 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 मैं पसंद कर ली इह, ना 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 इह तुहाडे आउणी वीं तुहाडी हाइट दे अकॉर्डिंग, तुसीं थोड़े लंबे तां लो उस हिसाब नाल रेंज भी थोड़ी वड्डी रेंज वाले लो तुसीं। कैमरे च ला शीशे च कैमरा ला लेंदे ना, सोहनी लग रही थोनू। पचवंजा सौ वाली पीस देख रहे अपन, एक 9500 वाली एक 5500 वाली। नहीं
ठीक है, प्योर चनून के उपर है। तो अंकल जी आप पहला लाइया दोनों के सैमी चनून चने भी अपनी ग्रेस है यार। गोटा पट्टी का काम है ना मिला ना। हैंडवर्क गोटा पट्टी हैंडवर्क का काम है सारा। तो थोनों एक होर डिसाइड करो ता भी फोन आ गगन का भी आही रेंज की लैनी उन्हें भी। हाँ एक होर डिसाइड कर लें आप ये भी सोना थोनों ओदा नेट बंद है वैन च अजे ढाई बजे घर पहुंचना उन्हें। नहीं अंकल चेंज करने तक गुंजाइश नहीं रहनी। आ गया असि बाजार चो तो पहला असि पेट पूजा कर लिए। अमन ब्रेड पकौड़े खवाने ने अमन दा गला कट खराब अगे। नहीं ना फिर कह दिंदे ना टोट नहीं दे फिर जेडे तेरे भैन भरा ने ਉਹ ਕਹਿ ਦਿੰਦੇ ਕਿ ਇਹਨਾਂ ਨੂੰ ਰੋਟੀ ਖਵਾਏ ਬਿਨਾਂ ਤੋਰਤਾ ਰੋਟੀ ਘਾਟੀ ਖਾਣੀ ਤੇ ਤਾਂ ਹੀ ਤਾਂ ਤੁਹਾਨੂੰ ਬ੍ਰੈਡ ਪਕੌੜੇ ਖਵਾ ਰਿਆ ਤੇ ਇਧਰ ਦਮਨ ਵੀ ਆ ਗਿਆ ਉਹ ਜਲਦੀ ਆ ਗਿਆ ਬੁੱਤ ਲੈਪਟਾਪ ਖੋਲ ਲਿਆਉਂਦੇ ਕੰਮ ਸੀ ਮੈਨੂੰ ਕੋਈ ਮੈਸੇਜ ਆ ਰਿਹਾ। ਅੱਛਾ ਚਲੋ ਕੱਪੜੇ ਤਾਂ ਚੇਂਜ ਕਰ ਲਓ ਆ ਦਰਵਾਜ਼ਾ ਬੰਦ ਕਰ ਕੂਲਿੰਗ ਨਿਕਲ ਗਈ ਹੋਏ ਓਹੋ ਬੜੀ ਗਰਮੀ ਸੀ ਸੱਚੀ ਹਾਂ ਬਾਕੀ ਉਹ ਘਰ ਜਿਹੜਾ ਕੰਮ ਗਿਆ ਕੰਮ ਬਣ ਗਿਆ ਉਹ ਕੰਮ ਬਣ ਗਿਆ ਆਪਣਾ ਬਾਕੀ ਦਿਖਾਣੇ ਆ ਸੀ ਮੈਂ ਵੀ ਖਾ ਲਿਆ ਸੀ ਜਿਹੜਾ ਪੈਣਾ ਰੋਟੀ ਪਾਣੀ ਖਾ ਲਈ ਆਪਣਾ ਫਿਰ ਕਰਦੇ ਆਂ ਗੱਲ ਖਾਓ ਬ੍ਰੈਡ ਪਕੌੜੇ ਕੀ ਕਿਹਦੇ ਵਾਸਤੇ ਲਿੱਤਾ ਛੇਟ ਆ ਰੋ ਮੇਰੇ ਮੂੰਹ ਤੇ ਛਾਲੇ ਹੋਏ ਨੇ ਸਾਡੇ ਵੀ ਛਾਲੇ ਹੋਏ ਨੇ ਅਸੀਂ ਵੀ ਖਾ ਰਹੇ ਆ ਨਮਸਤੇ ਇਧਰ ਮਾਸੀ ਸੇਵਾ ਹੋ ਰਹੀ ਹੈ ਸੇਵਾ ਹੋਣਾ ਕਰਨੀ ਤੇ ਬਿਮਾਰ ਕਰਨੀ ਮੈਨੂੰ ਠੰਡਾ ਪਾਣੀ ਦੇ ਕੇ ਜੇ ਤਾਂ ਪਾਈਏ ਮਾਸੀ ਨੂੰ ਫੇਰ ਸੇਵਾ ਕਰੀ ਹਾਏ ਮਸ਼ੀਨ ਸਾਡੀ ਉਹ ਪਈ ਮੈਂ ਸ਼ਾਮੀ ਹੁਣ ਫੇਰ ਕੱਪੜੇ ਧੋਣੇ ਨੇ ਮੈਂ ਛੋਟੀ ਜਿਹੀ ਕਬਾੜ ਹੁੰਦਾ ਹੈ ਨਹੀਂ ਨਹੀਂ ਕਬਾੜ ਨਹੀਂ ਉੱਥੇ ਧੁੱਪ ਸੀ ਤੇ ਥੋੜੀ ਜਿਹੀ ਮੈਂ ਟੇਢੀ ਵਿੰਗੀ ਜੀ ਕਰਤੀ ਛਾਵੇਂ ਮੈਂ ਕੱਲ ਸਵੇਰੇ ਆ ਕੱਪੜੇ ਹਜੇ ਮੈਂ ਲਾਣੇ ਨੇ ਹੋਰ ਨਹੀਂ ਹੁਣ ਛੋਟੇ ਛੋਟੇ ਧੋਣੀ ਆ ਨਾ ਮੈਂ ਜਿਹੜੇ ਪਏ ਨੇ जुतियां डब्बा नहीं लिया। अच्छा अच्छा मतलब है तो डब्बा है ना डब्बा है। वधिया वधिया किवें रहा तेरा सफर बहुत ही जिन्हां दे कर्मां च रेस्ट हुंदी है उहनूं करदे ने। उधर वड्डे ब्रदर साहब भी आ गए बूट तां दिखाओ आए प्रो मुंडे दा हाल पुछण दे सारे दसो किवें हो हाल दसो अपना चलो ओपनिंग करती कलविंदर ने न्यू कैमरे दी। लो साडे करे आ गया न्यू कैमरा जी मुबारकां बहुत बहुत बड़ा छोटा जहा ना आहो लेंस तो वड्डा लगना है। सिमरन चाह तर दे चाचू ने चाह मंगनी लग करो व्लॉगिंग होने दे नाल हो जाओ 24 हो जाओ हैं फोटो लो लो पाओ नहीं ओदे नाल ए तो फुद्दू जे फोटो फड़ ला दमू इनो एक मिनट अच्छा फड़नी है पर मेरा पानी डोल हैं इधर जांदे जे अपने घर नु हां हाय खन्ने च उधर लंग के गया ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਨੀਆਂ। ਅੱਛਾ ਸਮਾਧੀ ਰੋਡ ਵੱਲ ਗਿਆ ਸੀ ਤੇ ਹੋਰ ਇਹ ਸਵੇਰ ਧੰਨ ਬੰਦਾ ਇਹ ਤਾਂ ਹੀ ਤਾਂ ਕਹਿ ਰਹੀ ਅਮਨ ਕੀ ਸੱਚੀ ਤਾਂ ਨੇ ਮਜ਼ਾਕ ਦੀ ਗੱਲ ਨਹੀਂ। ਲਓ ਲੈਂਸ ਲਾ ਕੇ ਦਿਖਾਓ। ਲਓ ਜੀ ਭਾਈ YouTube ਦੀ ਪੇਮੈਂਟ ਤੋਂ ਲੈ ਲਿਆ ਅਮਨ ਹੋਰਾਂ ਨੇ ਨਿਊ ਕੈਮਰਾ ਹੈ। ਅਵਤਾਰ ਲਾਓ ਲੈਂਸ ਅੱਗੇ ਧਿਆਨ ਨਾਲ ਓਏ ਤੁਹਾਨੂੰ ਨਹੀਂ ਪਤਾ ਕਿਤੇ ਰੈੱਡ ਪੁਆਇੰਟ ਹੁੰਦਾ ਨਾ ਰੈੱਡ ਪੁਆਇੰਟ ਇਹਦਾ ਰੈੱਡ ਪੁਆਇੰਟ ਕਿੱਥੇ ਦੇਖੋ ਕਿੱਥੇ ਆ ਸੀਗਾ ਦੇਖੋ ਐ ਹੁੰਦੀ ਗੱਲ ਬਸ ਚੱਲ ਲਾਓ ਹੈ ਲੱਗਦੀ ਨਹੀਂ ਗਿਆ ਮੈਨੂੰ ਲੱਗਦੀ ਨਹੀਂ ਗੱਲ ਮੈਂ ਕਹਿੰਦਾ ਕਿਉਂ ਕੈਨਸਲ ਹੋ ਗਿਆ ਮੁੰਡੇ ਦਾ ਕੋ ਗਿਆ ਕਿਦੇ ਲਓ ਜੀ ਲੈਂਸ ਲੱਗ ਗਿਆ ਆਪਣੇ ਕੈਮਰੇ ਤੇ ਚਲੋ ਨਾੜੀ ਹੋਰ ਵੱਡਾ ਹੁੰਦਾ ਕਲੁੰਦਰ ਇਹ ਲੈਂਸ ਲੈਂਸ ਬਸ ਇੰਨਾ ਹੁੰਦਾ ਹਾਂ ਵਾਹ ਵੱਡਾ ਹੈ ਤਾਂ चलो जी हुण साडे नाल कैंट कैंट व्लॉग आया करनगे न्यू कैमरे च तुसीं दब के लाइक करने शेयर करने कमेंट करने ते होर की करने अमन लाइक
ਹੋਰ ਦੱਸ ਦੇ ਲਾਈਕ ਸ਼ੇਅਰ ਕਮੈਂਟ ਕਰਕੇ ਤੇ ਸੋਇਆ ਕਰੋ ਚੁੱਪ ਕਰਕੇ ਸਬਸਕ੍ਰਾਈਬ ਨਹੀਂ ਕਰਨਾ ਹਾਂ ਸਬਸਕ੍ਰਾਈਬ ਕੀਤਾ ਜਿਹਨਾਂ ਨੇ ਨਹੀਂ ਕੀਤਾ ਉਹ ਕਰ ਲਿਓ ਹਾਂ ਉਹ ਕਰ ਲਿਓ ਦੇ ਖਾਣੇ ਦੇ ਵਿੱਚ ਆਪਾਂ ਬਣਾਉਣ ਲੱਗੇ ਆ ਦਾਲ समान मेरा ना लाजी दवाइयां दवाइयां नहीं मिस्टर मिसी बासी ता खोलो तुसी मिस्टर मिसी बासी डूंगा चला गया ताई नहीं आ रहे ले जी आ गया फिर मान जाएंगे अवतार नू थले जाओ थले व्लॉगिंग उत्ते गाने ने आ गया ना ताजा आया लाओ ताजा लाओ ये नहीं आज नहीं आज वाला नहीं हैगा ये कल वाला आज वाला लाओ अच्छा रिलार गए स्टार लो जी अरे प्रधान साहब आ गए प्रधान पसीने बढ़ाए थे अद्धी रात घरे पहुंचो गे हजे मैं लगता राह च भी खड़ना कि अमन तो झोले भर पर ला चली है भैन को संधारा लैन आई तू अज मेरे लिए संधारा लिया आना ना सच मेरा संधारा आ गया बिस्कुट लैके आई कोई मका भी छड़िया ਰੱਖਣੀ ਫਿਰ ਮੈਂ ਸੂਟ ਲੈਣਾ ਸੀ ਅੱਜ ਲੈਣ ਨਹੀਂ ਦਿੱਤਾ ਉੱਥੇ ਮੈਨੂੰ ਉਹ ਕਢਾਈ ਕਢੂਈ ਵਾਲਾ ਚੱਕਰਾਂ 'ਚ ਪਈ ਆ ਮੈਂ ਕਹਿੰਦੀ ਮੈਂ ਵਰਕ ਕਰਵਾਵਾਂ ਦੇਖ ਦੋ ਸੂਟ ਪੱਖਾ ਬੰਦ ਕਰ ਦੇਓ ਛੇਤੀ ਜਾਓ ਇੱਥੋਂ ਨਾ ਅਰੇ ਨਹੀਂ ਮੇਰੇ ਨਾ ਕੈਮਰੇ 'ਚ ਪੱਖੇ ਦੀ ਆਵਾਜ਼ ਬੜੀ ਆਉਂਦੀ ਸ਼ਾਂ ਸ਼ਾਂ ਅੱਜ ਖਲੋਣਾ ਤਾਂ ਨਹੀਂ ਪਤਾ ਸਾਫ ਉੱਥੇ ਆ ਮੂੰਹ ਸਾਫ ਕਰੋ ਪਹਿਲਾਂ ਮਾੜਾ ਜਿਹਾ ਹਜੇ ਵੀ ਖਲੋਣਾ ਲੈ ਮੂੰਹ ਤੂੰ ਹੀ ਕਰ ਦੇ ਸਾਫ ਮਾਰਾ ਕਿ ਆਕੜ ਦੇ ਅਗਲੇ ਦੀ ਕਿੜੀ ਵਿੱਚ ਤੇਰੀ ਫੜੀ ਵੀ ਨਹੀਂ ਸੰਗਰੂਰੀ ਹੈ ਗਰੂਰੀ ਹੈ ਨਾ ਫਿਰ ਇਹ चलो मिल तो लो हुण मिलना की कल फिर आ गए अंदर बैठा जरा भाई भाई कॉपीराइट तो नहीं पाओगे साढ़े कॉपीराइट पावांगे साडा ब्लॉग दी विच आंटी कह रहे पुत मैं कनेडा ही आंटी कहते मैं कनेडा ही मैं ब्रह्मण जाना परसों आंटी को डब्बे तक पहुंच गए लॉन्ड्री आले लग गए भाई एक सानू भी काम वाला चाहिए सानू दे दो बस आ जाना हुण थोड़ा चिर ही रह गया हां सारे पुछे रे सिमरन की करदे सिमरन ने प्लस 2 कर ली है इस टाइम सिमरन फ्री है ते हुण सिमरन ने कोई जेड़ा कोर्स है वो शुरू किया होया कल तो जा रही दस्ता मेरे चैनल ते सारे पुछ रहे थी बस इधर कोशिश
इधर मेरे दोने पुत कर रहे ने काम पूरे जोरा नाल। कुछ कपड़े मैं सवेरे हैवी हैवी धोते। सिमरन तेरी मैं सवेरे हेल्प करती दे ला है ना, हुण तू हल्के हल्के धोने। इधर जिहड़ा साडा मोटा बंदा दमन इहने पूरा जोर लाता, चुन्नी पाड़ जानी है, बस सुकणे पा दे हुण आई। तो चलो अज तुहाडा मैं किचन का काम मैं सांभ लैनी हाँ, ठीक है। सिर मैं भांडे साफ करने ने, दाल बन गई, रोटी तुसीं बनानी, ओह उत्थे पा सुकणे। ਤੇ ਅਮਨ ਹੋਰੀ ਚਲੇ ਗਏ ਤੇ ਪਾ ਦੇ। ਇਹਨਾਂ 'ਚ ਆ ਰਹੀ ਦੇਸੀ ਮੂੰਹ ਕੰਫਰਟ ਲਾਇਆ ਸੀ, ਖੁਸ਼ਬੂ ਆ ਰਹੀ ਹੈ। ਚਲੋ ਜੀ ਇੱਧਰ ਆਪਣਾ ਦਾਲ ਬਣ ਗਈ, ਇੱਧਰ ਆਪਾਂ ਚੌਲ ਰੱਖੇ ਹੋਏ ਨੇ। ਕੱਲ੍ਹ ਜਿਹੜੀਆਂ ਕੱਲ੍ਹ ਵਾਲੇ ਵਲੌਗ 'ਚ ਤੁਸੀਂ ਦੇਖਿਆ ਸੇਵੀਆਂ, ਉਹਦਾ ਬੜਾ ਕੰਮ ਖਰਾਬ ਹੋ ਗਿਆ ਸਾਡਾ। ਇੱਧਰ ਆਪਣੇ ਚੌਲ ਬਣਦੇ ਨੇ। ਜਾਣਾ ਨਾ ਆਪਾਂ ਨੇ ਪਿੰਡ ਜਾਣਾ ਕੱਲ੍ਹ ਨੂੰ, ਕੱਲ੍ਹ ਸੈਟਰਡੇ ਆ, ਫਿਰ ਜਾਣਾ ਹੀ ਹੈ। ਸੈਟਰਡੇ ਨੂੰ ਆਪਾਂ ਜਾਂਦੇ ਹੁੰਦੇ ਹਾਂ। ਸਿਮਰਨ ਨੇ ਕੱਪੜੇ ਧੋਤੇ ਹੋਰ। ਉਹ ਜਿਵੇਂ ਚਟੋਰੀ ਕਹਿੰਦੀ, ਚਟੋਰੀ ਰਜਨੀ ਹੈ ਨਾ, ਉਹ ਕਹਿੰਦੀ ਹਸਬੈਂਡ ਕੇ ਟਿਫਨ ਮੈਂ ਕਿਹਾ, ਹਸਬੈਂਡ ਕੇ ਟਿਫਨ ਮੈਂ ਹੈ ਅੱਜ ਦਾਲ ਚਾਵਲ ਔਰ ਸਾਥ ਮੈਂ ਸੈਲਡ ਖੀਰੇ ਕਾ। ਇੱਧਰ ਆਪਾਂ ਖੀਰਾ ਕੱਢ ਲਿਆ, ਉੱਧਰ ਆਪਣੇ ਚੌਲ ਬਣ ਗਏ। ਖੀਰਾ ਖਰਾਬ ਨਿਕਲੇ ਵਿੱਚੋਂ ਨਾ, ਅੱਜ ਤਾਂ ਮੈਂ ਤੁਹਾਨੂੰ ਕੁਛ ਡਿਫਰੈਂਟ ਨਹੀਂ ਲੱਗ ਰਿਹਾ, ਅੱਜ ਮੈਂ ਕੀ ਬਣੀ ਆ, ਵੇਟਰ ਬਣੀ ਹੋਈ ਹੈ ਨਾ। ਮੈਂ ਨਹੀਂ ਕਹਿੰਦਾ ਬਾਵਰਚੀ, ਮੈਂ ਕਿਉਂ ਕਹਾਂ ਬਾਵਰਚੀ, ਹੋਰ ਫਿਰ ਮੈਂ ਬਾਵਰਚੀ ਖਾਣਾ ਬਣਾ ਰਹੀ ਹਾਂ ਤੁਹਾਡੇ ਵਾਸਤੇ, ਹੱਥ ਨਹੀਂ ਫਿਰ ਕੀ ਕਹਿਣਾ। ਤੁਸੀਂ ਮੇਰੀ ਵਾਈਫ ਹੋ ਯਾਰ, ਮੈਨੂੰ ਬਾਵਰਚੀ ਤਾਂ ਕਿਉਂ ਕਹਾਂਗੇ, ਬਾਵਰਚੀ ਨੂੰ ਵੀ ਬਾਵਰਚੀ ਨਹੀਂ ਕਹਾਂਗੇ ਅਸੀਂ। ਨਹੀਂ ਲੈ ਖਾਣਾ ਬਣਾਉਣ ਵਾਲੇ ਨੂੰ ਬਾਵਰਚੀ ਕਹਿੰਦੇ ਨੇ ਨਾ। ਨਹੀਂ 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 ਕਿਉਂ ਨਹੀਂ, ਆਪ ਮੇਰੀ ਅਰਧਾਂਗਨੀ ਹੋ। ਅਰੇ ਬਾਪ ਰੇ, ਆ ਹਿੰਦੀ ਹੁੰਦੀ ਨਾ ਮਾਰਿਆ ਕਰੋ। ਅੱਛਾ ਹਾਂ, ਹਿੰਦੀ ਨਹੀਂ ਅੱਛੀ ਲੱਗਦੀ ਤੁਹਾਡੀ, ਵਧੀਆ ਲੱਗਦੀ ਅੱਛੀ, ਹੁਣ ਮੈਂ ਹਿੰਦੀ ਬੋਲਦੀ। ਇਹ ਆਪਣੀ ਬਾਲ ਬਣ ਗਈ, ਤੜਕਾ ਆਪਾਂ ਨੇ ਰੱਖਤਾ, ਸਾਥੇ ਅਮਰ ਵੀ ਚਲੇ ਗਏ ਨੇ, ਮੇਰੇ ਦੇ ਆਏ ਸੀ। ਚੌਲ ਵੀ ਆਪਣੇ ਰੈਡੀ ਨੇ, ਬਸ ਲੰਬੇ ਲੰਬੇ ਚੌਲ ਹੈ। ਪਹਿਲਾਂ ਮੈਂ ਚੌਲਾਂ ਦੀ ਪਿਛ ਲਾਉਣਾ, ਤੜਕਾ ਮੈਂ ਫਿਰ ਲਾਉਣੀ ਆ, ਕਿਤੇ ਕੱਲ੍ਹ ਵਾਲਾ ਕੰਮ ਨਾ ਹੋ ਜਾਏ। ਕੱਲ੍ਹ ਮੇਰੇ ਨਾਲ ਬਾਹਲੀ ਮਾੜੀ ਬਣੀ ਸੀ ਪਤਾ ਨਾ, ਸਾਰਿਆਂ ਨੇ ਵਲੌਗ 'ਚ ਵੀ ਦੇਖਿਆ, ਮੇਰੀਆਂ ਸੇਵੀਆਂ ਡੁੱਲ ਗਈਆਂ ਸਾਰੀਆਂ ਸ਼ੈਂਕ ਦੇ ਵਿੱਚ। ਆਪਾਂ ਨੇ ਐਕਚੁਲੀ ਨਾ ਗਲਤੀ ਕਰ ਲਈ, ਉਹ ਭਾਂਡਾ ਹੀ ਹੋਰ ਤਰ੍ਹਾਂ ਸੀਗਾ। ਨਹੀਂ ਨਹੀਂ ਭਾਂਡਾ ਠੀਕ ਸੀ, ਮੈਂ ਪਹਿਲਾਂ ਵੀ ਕੰਮ ਕੀਤਾ ਉਹ 'ਤੇ, ਪਤਾ ਨਹੀਂ ਗਲਤੀ ਕਿਵੇਂ ਹੋ ਗਈ। ਲਓ ਜੀ ਆਪਾਂ ਦਾ ਚੌਲ ਐਵੇਂ ਲਾਉਣੀ ਸੀ, ਯਾਦ ਹੀ ਨੀ ਰਿਹਾ ਹੈਗਾ। ਤੇ ਹੁਣ ਅਵਤਾਰ ਫ੍ਰੀ ਸੀ, ਮੈਂ ਕਿਹਾ ਚਲੋ ਆਪਣਾ ਮੇਰੇ ਜਿਹੜਾ ਫੋਨ ਦਾ ਗਾਰਡ ਹੈ ਨਾ ਉਹ ਟੁੱਟ ਗਿਆ, ਤੇ ਮੈਂ ਕਿਹਾ ਉਹ ਆਪਾਂ ਪਵਾ ਲਿਆਉਂਦੇ ਹਾਂ, ਨਾਲ ਇਹਦਾ ਕਵਰ ਜਿਹੜਾ ਉਹ ਟੁੱਟ ਗਿਆ, ਤੇ ਨਾਲੇ ਕਵਰ ਪਵਾਉਣ ਜਾਣਾ, ਦੇਖਦੇ ਹਾਂ ਜੇ ਸ਼ੋਪ ਖੁੱਲੀ ਹੋਈ ਤੇ ਫਿਰ ਪਵਾ ਕੇ ਲਿਆਵਾਂਗੇ, ਨਹੀਂ ਤਾਂ ਫਿਰ ਸਵੇਰੇ ਚੱਲਾਂਗੇ। ਉਹ ਅੰਦਰ ਅਲਮਾਰੀ ਟੰਗੀਆਂ ਪਈਆਂ ਜੇ ਲਿਆਓ। ਕੱਲ੍ਹ ਨੂੰ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ, ਜੇ ਵਲੌਗ ਚੰਗਾ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ, ਅਤੇ ਬਾਕੀ ਜਿਹੜੇ ਸਾਡੇ ਚੈਨਲ 'ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਵੀਡੀਓ ਨੂੰ ਲਾਈਕ ਸ਼ੇਅਰ। ਮੈਂ ਹੁਣ ਵੈਸੇ ਕਿਹਾ ਮੇਰੇ ਮੂੰਹ 'ਚ ਨਾ ਛਾਲੇ ਹੋਏ, ਤਾਂ ਮੈਨੂੰ ਜਾਂਦੀ ਅਮਨ ਕਹਿ ਗਈ, ਕਹਿੰਦੀ ਗੋਲ ਗੱਪਿਆਂ ਦਾ ਪਾਣੀ ਪੀਓ ਉਹਦੇ ਨਾਲ ਛਾਲੇ ਹਟ ਜਾਣਗੇ। ਦੇਖਦੇ ਹਾਂ, ਵੈਸੇ ਮੈਂ ਰੋਟੀ ਖਾਲੀ, ਹੁਣ ਤਾਂ ਖਾਣੇ ਨਹੀਂ ਹੈਗੇ। ਆਜੋ ਪਰਸ ਰਹਿ ਗਿਆ, ਪਰਸ ਰਹਿ ਗਿਆ, ਪਰਸ ਤਾਂ ਮੇਰੇ ਕੋਲ ਪਤਾ ਸੋਨੂ ਨੇ ਪਤਾ ਨਹੀਂ ਕੀ ਕੀ ਮੰਗ ਲੈਣਾ ਉੱਥੇ ਹਣਾ। ਕੀ ਮੰਗਣਾ ਹੁੰਦਾ ਮੈਂ ਲੈ ਕੇ ਦੇਣਾ। ਹਾਏ ਹਾਏ, ਮੈਂ ਜਾਣਾ ਹੀ ਨਹੀਂ ਫਿਰ, ਇਹ ਤਾਂ ਕੋਈ ਗੱਲ ਨਹੀਂ ਹੋਈ ਯਾਰ। ਅੱਛਾ।